ਗੁੱਡ ਈਵਨਿੰਗ ਟੂ ਆਲ। ਗੱਲ ਕਰਾਂਗੇ SST ਮਾਸਟਰ ਗੇਟ ਦੀ। ਤੁਹਾਨੂੰ ਪਤਾ ਹੀ ਹੈ ਕਿ ਜਿਹੜਾ SST ਮਾਸਟਰ ਗੇਟ ਲਈ ਜਿਹੜਾ ਆਪਾਂ ਪ੍ਰੀਵੀਅਸ ਐਗਜ਼ਾਮ ਦੇ ਜਿਹੜੇ ਕੁਐਸਚਨ ਤੁਹਾਡੇ ਲਈ ਕਰਾ ਰਹੇ ਹਾਂ, ਔਰ ਇਸ ਤੋਂ ਪਹਿਲਾਂ ਜਿਹੜੇ ਲਗਭਗ 3 ਲੈਕਚਰ ਬਣ ਚੁੱਕੇ ਆ, ਹਰੇਕ ਲੈਕਚਰ 'ਚ 15 ਕੁਐਸਚਨ ਜਿਹੜੇ ਪ੍ਰੀਵੀਅਸ ਤੁਹਾਨੂੰ ਕਰਾਏ ਜਾ ਰਹੇ, ਔਰ ਜੋ ਕਿ ਆਪਾਂ ਸਟਾਰਟ ਕੀਤੇ ਆ ਸਿਵਿਕਸ ਤੋਂ। ਕਿੱਥੋਂ ਸਟਾਰਟ ਕੀਤੇ ਆ? ਸਿਵਿਕਸ ਤੋਂ, ਔਰ ਫਿਰ ਜੀਓਗ੍ਰਾਫੀ ਦੀ ਵੀ ਕਰਾ ਦਾਂਗੇ, ਤੁਹਾਨੂੰ ਕੋਈ ਗੱਲ ਨਹੀਂ। ਬਹੁਤ ਸਾਰੇ ਜੀਓਗ੍ਰਾਫੀ ਨੂੰ ਵੀ ਜਿਹੜੇ ਕਹਿ ਸਕਦੇ ਆਪਣਾ ਚੂਜ਼ ਕਰ ਲੈਂਦੇ ਆ ਸਬਜੈਕਟ ਦੇ ਤੌਰ 'ਤੇ, ਔਰ ਫਿਰ ਹਿਸਟਰੀ ਦੇ ਵੀ ਕਰਾ ਦਾਂਗੇ, ਠੀਕ ਹੈ। ਹੋ ਸਕਦਾ ਕੱਲ੍ਹ ਤੋਂ ਆਪਾਂ ਜਿਹੜੇ ਇਹਨਾਂ ਦੀ ਜਿਹੜੀ ਕੁਐਸਚਨਾਂ ਦੀ ਗਿਣਤੀ ਜਿਹੜੀ ਜ਼ਿਆਦਾ ਕਰ ਦਈਏ, ਲਗਭਗ ਇੱਕ ਲੈਕਚਰ 'ਚ 20 ਕੁਐਸਚਨ ਕਰ ਦਈਏ, ਠੀਕ ਹੈ। ਔਰ ਪ੍ਰੀਵੀਅਸ ਕੁਐਸਚਨ ਕਰਾਉਣ ਤੋਂ ਬਾਅਦ ਫਿਰ ਤੁਹਾਡੀ ਲਾਈਵ ਕਲਾਸ ਲਿਆ ਕਰਾਂਗੇ ਆਪਾਂ SST ਮਾਸਟਰ ਕੇਡਰ ਦੇ, ਠੀਕ ਹੈ। ਉਹ ਵੀ ਜਲਦੀ ਸਟਾਰਟ ਕਰਾਂਗੇ ਜਦੋਂ ਇਹ ਪ੍ਰੀਵੀਅਸ ਕੁਐਸਚਨ ਖਤਮ ਹੋ ਗਏ, ਠੀਕ ਹੈ ਜੀ। ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ, ਔਰ ਫਸਟ ਟਾਈਮ ਵਿਜ਼ਿਟ ਕਰਨ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈੱਲ ਆਈਕਨ ਦਾ ਬਟਨ ਜ਼ਰੂਰ ਦੱਬ ਲਓ, ਤਾਂ ਕਿ ਤੁਹਾਨੂੰ ਜਿਹੜਾ ਨੈਕਸਟ ਟਾਈਮ ਜਦੋਂ ਵੀ ਨਵੀਂ ਵੀਡੀਓ ਲੈ ਕੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਜਾਵੇ। ਸਟਾਰਟ ਕਰਦੇ ਹਾਂ। ਅਹੁਦੇ ਦੇ ਅਨੁਸਾਰ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ? ਅਹੁਦੇ ਦੇ ਅਨੁਸਾਰ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ? ਬਿਲਕੁਲ ਰਾਈਟ ਆਂਸਰ ਹੋਏਗਾ ਭਾਰਤ ਦਾ ਉਪਰਾਸ਼ਟਰਪਤੀ। ਕੌਣ ਹੁੰਦਾ ਹੈ? ਭਾਰਤ ਦਾ ਉਪਰਾਸ਼ਟਰਪਤੀ ਕੌਣ ਹੁੰਦਾ ਹੈ? ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ। ਚਲੋ ਨੈਕਸਟ ਕੁਐਸਚਨ ਲੈਂਦੇ ਹਾਂ। ਰਾਸ਼ਟਰਪਤੀ ਇਸ ਆਰਟੀਕਲ ਅਧੀਨ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ। ਦੇਖੋ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ? 4 ਆਪਸ਼ਨ ਆ ਸਕਦੀਆਂ, ਉੱਥੇ ਰਾਸ਼ਟਰਪਤੀ ਹੈਗਾ ਤਾਂ ਸਿੱਧਾ ਡਾਇਰੈਕਟ ਤੁਸੀਂ ਉੱਥੇ ਲਾ ਦੇਣਾ, ਤਾਂ ਰਾਸ਼ਟਰਪਤੀ ਹੀ ਨਿਯੁਕਤੀ ਕਰਦਾ ਕਿਸ ਦੀ? ਪ੍ਰਧਾਨ ਮੰਤਰੀ ਦੀ, ਠੀਕ ਹੈ। ਤਾਂ ਕਿਸ ਆਰਟੀਕਲ ਦੇ ਅਧੀਨ ਕਰਦਾ? ਤਾਂ ਆਰਟੀਕਲ ਹੈਗਾ 75, 75 ਨੰਬਰ ਆਰਟੀਕਲ ਜਿਹੜਾ ਉਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰੂਗਾ? ਰਾਸ਼ਟਰਪਤੀ ਕਰੂਗਾ। ਔਰ ਜਿੰਨੇ ਵੀ ਆਰਟੀਕਲ ਆ ਮੇਨ ਤੁਹਾਨੂੰ ਇਹ ਆਉਣੇ ਚਾਹੀਦੇ ਆ, ਲਗਭਗ 1 ਤੋਂ ਲੈ ਕੇ 51 ਤੱਕ ਆਰਟੀਕਲ ਸਾਰੇ ਆਉਣੇ ਚਾਹੀਦੇ ਆ ਤੁਹਾਨੂੰ। ਇਹ ਤਾਂ ਵੈਰੀ ਇੰਪੋਰਟੈਂਟ ਹੈ, ਇੱਥੋਂ ਜਿਹੜੇ 2-3 ਨੰਬਰ ਪੱਕੇ ਬਣਦੇ ਆ। ਨੈਕਸਟ ਲੈਨੇ, ਰਾਸ਼ਟਰਪਤੀ ਇਸ ਆਰਟੀਕਲ ਅਧੀਨ ਗਵਰਨਰ ਦੀ ਨਿਯੁਕਤੀ ਕਰਦਾ ਹੈ। ਗਵਰਨਰ ਦਾ ਮਤਲਬ ਰਾਜਪਾਲ। ਕਿਸ ਆਰਟੀਕਲ ਦੇ ਵਿੱਚ ਲਿਖਿਆ ਹੈ ਕਿ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ? ਉਹ ਆਰਟੀਕਲ ਹੈ 155, ਰਾਈਟ ਆਂਸਰ ਹੋ ਜਾਏਗਾ 155, ਠੀਕ ਹੈ। ਨੈਕਸਟ ਲੈਨੇ ਆ, ਮੰਤਰੀ ਮੁੱਖ ਮੰਤਰੀ ਦਾ ਕਾਰਜਕਾਲ ਹੈ, ਮੁੱਖ ਮੰਤਰੀ ਦਾ ਕਾਰਜਕਾਲ ਹੁੰਦਾ ਹੈ। ਜੇਕਰ ਦੇਖੋ ਇੱਥੇ ਆਪਸ਼ਨ ਦੇ ਵਿੱਚ ਡਿਪੈਂਡ ਕਰਦਾ, ਜੇਕਰ ਇੱਥੇ 5 ਸਾਲ ਲਿਖਿਆ ਹੁੰਦਾ ਆਪਸ਼ਨ ਦੇ ਵਿੱਚ ਤਾਂ ਆਪਾਂ 5 ਸਾਲ ਲਾ ਦਿੰਦੇ, ਠੀਕ ਹੈ। ਬਟ ਇੱਥੇ ਰੀਜ਼ਨ ਕੀ ਹੋ ਚੁੱਕਿਆ, ਇੱਥੇ ਨਾਲ ਲਿਖਿਆ ਨਿਸ਼ਚਿਤ ਹੈ, ਸਥਾਈ ਹੈ, ਅਨਿਸ਼ਚਿਤ ਹੈ, ਅਸਥਾਈ ਹੈ। ਕੀ ਮੁੱਖ ਮੰਤਰੀ ਦਾ ਕਾਰਜਕਾਲ ਸਥਾਈ ਹੈ? ਕਿ ਮੁੱਖ ਮੰਤਰੀ ਪੱਕਾ ਹੀ 5 ਸਾਲ ਵਾਸਤੇ ਹੁੰਦਾ ਹੈ? ਨਹੀਂ, ਰਾਜਪਾਲ ਉਸਨੂੰ ਹਟਾ ਸਕਦਾ ਹੈ ਜੇਕਰ ਕੋਈ ਵਿਘਨ ਆਉਂਦਾ ਹੈ, ਤਾਂ ਇਸੇ ਕਰਕੇ ਨਾ ਹੀ ਨਿਸ਼ਚਿਤ ਕਹਿ ਸਕਦੇ ਆਪਾਂ। ਇਸ ਲਈ ਰਾਈਟ ਆਂਸਰ ਬੀ ਹੋਇਆ, ਅਨਿਸ਼ਚਿਤ ਹੁੰਦਾ ਹੈ। ਮੁੱਖ ਮੰਤਰੀ ਦਾ ਕਾਰਜਕਾਲ ਕਿੰਨਾ ਹੁੰਦਾ? ਅਨਿਸ਼ਚਿਤ ਹੁੰਦਾ ਹੈ, ਠੀਕ ਹੈ। ਜੇ 5 ਸਾਲ ਲਿਖਿਆ ਹੁੰਦਾ ਉਹ ਗੱਲ ਅਲੱਗ ਸੀ, ਆਪਸ਼ਨ 'ਤੇ ਡਿਪੈਂਡ ਹੋਏਗਾ ਤੁਹਾਡਾ। ਔਰ ਇਸ ਦੇ ਮੁਤਾਬਕ ਰਾਈਟ ਆਂਸਰ ਹੋਏਗਾ ਬੀ, ਅਨਿਸ਼ਚਿਤ, ਨੋਟ ਫਿਕਸਡ। ਨੈਕਸਟ ਲੈਨੇ, ਨੈਕਸਟ ਕੁਐਸਚਨ ਹੈ, ਭਾਰਤੀ ਸੰਵਿਧਾਨ ਨਾਗਰਿਕਤਾ ਦੇ ਮਸਲੇ ਨਾਲ ਇਸ ਆਰਟੀਕਲ ਅਧੀਨ ਨਜਿੱਠਦਾ ਹੈ। ਭਾਰਤੀ ਸੰਵਿਧਾਨ ਨਾਗਰਿਕਤਾ ਦੇ ਮਸਲੇ ਇਸ ਆਰਟੀਕਲ ਦੇ ਅਧੀਨ ਨਜਿੱਠਦਾ ਹੈ। ਕਿਹੜੇ ਕਿਹੜੇ ਆਰਟੀਕਲਾਂ ਦੇ ਅਧੀਨ ਹੈ ਨਾਗਰਿਕਤਾ ਦੇ ਜਿਹੜੇ ਮਸਲੇ ਨਜਿੱਠੇ ਜਾਂਦੇ ਆ? ਉਹ ਹੈਗਾ ਨੰਬਰ ਏ, ਆਰਟੀਕਲ 5 ਤੋਂ ਲੈ ਕੇ 11 ਪਾਰਟ 2 ਦੇ ਵਿੱਚ, ਠੀਕ ਹੈ। ਰਾਈਟ ਆਂਸਰ ਹੋਏਗਾ 1 ਨੰਬਰ। ਨੈਕਸਟ, ਭਾਰਤ ਦੇ ਵਿਦੇਸ਼ੀ ਨਾਗਰਿਕ ਸ਼ਰਤ ਨੂੰ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਸੀ? ਭਾਰਤ ਦੇ ਵਿਦੇਸ਼ੀ ਨਾਗਰਿਕ ਸ਼ਰਤ ਨੂੰ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਸੀ, ਰਾਈਟ ਆਂਸਰ ਬਿਲਕੁਲ ਕੀ ਹੋਏਗਾ? ਰਾਈਟ ਆਂਸਰ ਹੋ ਗਿਆ ਨੰਬਰ 3, 2003। ਨੈਕਸਟ ਲੈਂਦੇ ਹਾਂ, ਕੌਣ ਗੁੱਟ ਨਿਰਪੇਖ ਮੁਹਿੰਮ ਦਾ ਲੀਡਰ ਨਹੀਂ ਹੈ? ਕੌਣ ਗੁੱਟ ਨਿਰਪੇਖ ਮੁਹਿੰਮ ਦਾ ਲੀਡਰ ਨਹੀਂ ਹੈ? ਜਵਾਹਰ ਲਾਲ ਨਹਿਰੂ, ਜੋਸਫ ਟੀਟੋ, ਜੋਸਫ ਸਟਾਲਿਨ, ਏ ਨਾਸਰ। ਰਾਈਟ ਆਂਸਰ ਜਿਹੜਾ ਹੋ ਜਾਏਗਾ ਬੀ, ਜੋਸਫ ਸਟਾਲਿਨ। ਨੈਕਸਟ, ਪੰਚਸ਼ੀਲ ਦੀ ਧਾਰਨਾ ਸੰਬੰਧਿਤ ਹੈ? ਪੰਚਸ਼ੀਲ ਦੀ ਧਾਰਨਾ ਸੰਬੰਧਿਤ ਹੈ, ਕਿਸ ਨਾਲ ਸੰਬੰਧਿਤ ਹੈ? ਗੁੱਟ ਨਿਰਪੇਖ ਮੁਹਿੰਮ ਨਾਲ, UNO ਨਾਲ, ਸਾਰਕ ਨਾਲ, ਪੰਚਾਇਤ ਪ੍ਰਣਾਲੀ ਨਾਲ। ਰਾਈਟ ਆਂਸਰ ਹੋਏਗਾ ਨੰਬਰ 1, ਗੁੱਟ ਨਿਰਪੇਖ ਮੁਹਿੰਮ ਨਾਲ। ਨੈਕਸਟ ਕੁਐਸਚਨ ਲੈਂਦੇ ਹਾਂ, UNO ਦਾ ਜਨਰਲ ਸਕੱਤਰ ਕੌਣ ਹੈ? UNO, ਯੂਨਾਈਟਿਡ ਨੈਸ਼ਨਲ ਔਰਗਨਾਈਜੇਸ਼ਨ, ਠੀਕ ਹੈ। ਇਸਦਾ ਰਾਈਟ ਆਂਸਰ ਕੀ ਹੋ ਜਾਏਗਾ? ਹਾਂਜੀ, ਇਸਦਾ ਰਾਈਟ ਆਂਸਰ ਕੀ ਹੋ ਜਾਏਗਾ? UNO ਦਾ ਜਨਰਲ ਸਕੱਤਰ ਕੌਣ ਹੈ?
ਜਨਰਲ ਸੈਕਟਰੀ ਬੋਲ ਸਕਦੇ ਇੰਗਲਿਸ਼ ਦੀ, ਹੂ ਇਜ਼ ਦਾ ਦਾ ਜਨਰਲ ਸੈਕਟਰੀ ਕਹਿ ਸਕਦੇ ਹਾਂ ਆਫ ਦੀ UNO। ਬਿਲਕੁਲ ਰਾਈਟ ਆਂਸਰ ਹੋਏਗਾ ਐਂਟੋਨੀਓ ਗੁਟਸ। ਉਸ ਟਾਈਮ ਜਿਹੜਾ ਐਂਟੋਨੀਓ ਗੁਟਸ ਸੀ, ਇਹ ਜਿਹੜਾ ਕਰੰਟ ਦੇ ਤੌਰ 'ਤੇ ਤੁਸੀਂ ਜਿਹੜਾ ਸਰਚ ਕਰ ਲਿਓ, ਜਿਹੜਾ ਹੁਣ ਇਸ ਟਾਈਮ ਕੌਣ ਹੈਗਾ। ਚਲੋ ਨੈਕਸਟ ਲੈਂਦੇ ਹਾਂ, ਭਾਰਤ ਦਾ ਉਪਰਾਸ਼ਟਰਪਤੀ ਕੌਣ ਹੈ? ਭਾਰਤ ਦਾ ਉਪਰਾਸ਼ਟਰਪਤੀ ਉਸ ਟਾਈਮ ਦੇ ਮੁਤਾਬਕ ਜਿਹੜਾ ਵੈਂਕਈਆ ਨਾਇਡੂ ਸੀ, ਠੀਕ ਹੈ, ਔਰ ਅੱਜ ਵੀ ਸ਼ਾਇਦ ਵੈਂਕਈਆ ਨਾਇਡੂ ਹੀ ਹੈਗਾ, ਠੀਕ ਹੈ। ਨੈਕਸਟ ਲੈਂਦੇ ਹਾਂ, ਨੈਕਸਟ ਕੁਐਸਚਨ ਹੈ, ਭਾਰਤੀ ਸੰਵਿਧਾਨ ਦਾ ਆਰਟੀਕਲ 124 ਸਬੰਧ ਹੈ? ਭਾਰਤੀ ਸੰਵਿਧਾਨ ਦਾ ਆਰਟੀਕਲ, ਮੈਂ ਤੁਹਾਨੂੰ ਪੁੱਛਿਆ ਦੱਸਿਆ ਪਹਿਲੇ ਕਿ ਜਿਹੜਾ ਆਰਟੀਕਲ ਨੇ ਇਹ ਤੁਸੀਂ ਛੱਡ ਨਹੀਂ ਦੇਣੇ, ਆਰਟੀਕਲ ਪੁੱਛੇ ਹੀ ਜਾਣੇ ਨੇ ਹਰ ਹਾਲਤ ਦੇ ਵਿੱਚ। ਆਰਟੀਕਲ ਜਿੰਨੇ ਮੇਨ ਮੇਨ ਹੈਗੇ ਆ ਸਾਰੇ ਹੀ ਤੁਹਾਡੇ ਲਈ ਪੜ੍ਹਨੇ ਜ਼ਰੂਰੀ ਹੈਗੇ ਆ। ਚਲੋ ਇਸਦਾ ਰਾਈਟ ਆਂਸਰ ਹੋਗਾ ਸੁਪਰੀਮ ਕੋਰਟ ਦੀ ਸਥਾਪਨਾ ਲਈ। ਜਿਹੜਾ 124 ਨੰਬਰ ਆਰਟੀਕਲ ਹੈ, ਕਿਸ ਦੀ ਸਥਾਪਨਾ ਲਈ ਉਸਦੇ ਵਿੱਚ ਲਿਖੀ ਹੋਈ ਹੈ? ਸੁਪਰੀਮ ਕੋਰਟ ਦੀ ਸਥਾਪਨਾ ਨਾਲ ਸੰਬੰਧ ਹੈਗਾ। ਨੈਕਸਟ ਲੈਂਦੇ ਹਾਂ, ਸੁਪਰੀਮ ਕੋਰਟ ਦੇ ਕਿੰਨੇ ਜੱਜਾਂ 'ਤੇ ਮਹਾਂਦੋਸ਼ ਲੱਗ ਚੁੱਕਾ ਹੈ? ਮਹਾਂਦੋਸ਼ ਕੌਣ ਲਗਾ ਸਕਦਾ ਸੁਪਰੀਮ ਕੋਰਟ ਦੇ ਜੱਜਾਂ 'ਤੇ? ਰਾਸ਼ਟਰਪਤੀ ਲਗਾ ਸਕਦਾ। ਅੱਜ ਤੱਕ ਕਿੰਨੇ ਜੱਜਾਂ 'ਤੇ ਲੱਗ ਚੁੱਕਾ ਹੈ? ਇੱਕ ਵੀ ਨਹੀਂ, ਠੀਕ ਹੈ, ਕੋਈ ਵੀ ਨਹੀਂ, ਕਿਸੇ ਵੀ ਜੱਜ 'ਤੇ ਜਿਹੜਾ ਨਹੀਂ ਲੱਗਿਆ। ਨੈਕਸਟ ਲੈਂਦੇ ਹਾਂ, ਨੈਕਸਟ ਕੁਐਸਚਨ ਹੈ, ਭਾਰਤ ਦਾ ਮੁੱਖ ਨਿਆਂਧੀਸ਼ ਕੌਣ ਹੈ? ਭਾਰਤ ਦਾ ਮੁੱਖ ਨਿਆਂਧੀਸ਼ ਕੌਣ ਹੈ? PN ਭਾਗਵਤੀ, ਦੀਪਕ ਮਿਸ਼ਰਾ, AN ਰੇ ਐਂਡ B ਰਾਮਾ ਸਵਾਮੀ। ਉਸ ਟਾਈਮ ਜਿਹੜਾ ਆਪਣਾ ਕੁਐਸਚਨ ਜਦੋਂ ਪੁੱਛਿਆ ਗਿਆ ਉਸ ਟਾਈਮ ਦੀਪਕ ਮਿਸ਼ਰਾ ਸੀ। ਔਰ ਅੱਜ ਦਾ ਕਰੰਟ ਦਾ ਕੀ ਹੈ? ਔਰ ਜੇ ਮੈਂ ਤੁਹਾਨੂੰ ਆਂਸਰ ਦੱਸਤਾ ਫਿਰ ਤੁਸੀਂ ਕਦੇ ਨਹੀਂ ਪੜ੍ਹਨਾ, ਇਸ ਲਈ ਤੁਸੀਂ ਸਰਚ ਕਰਿਓ ਆਪ ਖੁਦ ਸਰਚ ਕਰੋਗੇ ਤਾਂ ਕਰੰਟ ਦਾ ਜਿਹੜਾ ਭਾਰਤ ਦਾ ਮੁੱਖ ਨਿਆਂਧੀਸ਼ ਕੌਣ ਹੈਗਾ ਤਾਂ ਕਮੈਂਟ ਕਰਕੇ ਜਿਹੜਾ ਦੱਸ ਦਿਓ ਵੀ ਜਿਹੜਾ ਕੌਣ ਹੈਗਾ ਰਾਈਟ ਆਂਸਰ ਇਸਦਾ। ਵੈਸੇ ਉਸ ਟਾਈਮ ਦੇ ਵਿੱਚ ਰਾਈਟ ਆਂਸਰ ਜਿਹੜਾ ਇਸਦਾ ਦੀਪਕ ਮਿਸ਼ਰਾ ਸੀ, ਪਰ ਅੱਜ ਦਾ ਕਰੰਟ ਦਾ ਕੌਣ ਆ ਤੁਸੀਂ ਆਪ ਖੁਦ ਸਰਚ ਕਰੋਗੇ ਤਾਂ ਤੁਹਾਡੇ ਹਮੇਸ਼ਾ ਲਈ ਯਾਦ ਹੋ ਜਾਏਗਾ। ਔਰ ਜੇ ਮੈਂ ਤੁਹਾਨੂੰ ਆਂਸਰ ਜਿਹੜਾ ਹੁਣ ਕਰੰਟ ਦਾ ਖੁਦ ਹੀ ਦੱਸਤਾ ਤਾਂ ਤੁਸੀਂ ਉਸਨੂੰ ਇਗਨੋਰ ਕਰੋਗੇ, ਤੁਹਾਡੇ ਲੰਮੇ ਸਮੇਂ ਤੱਕ ਯਾਦ ਨਹੀਂ ਰਹੇਗਾ। ਔਰ ਜੇਕਰ ਤੁਸੀਂ ਆਪ ਸਰਚ ਕਰਕੇ ਦੇਖੋਗੇ ਕਿ ਭਾਰਤ ਦਾ ਮੁੱਖ ਨਿਆਂਧੀਸ਼ ਅੱਜ ਕੱਲ੍ਹ ਕਰੰਟ ਦੇ ਵਿੱਚ ਕੌਣ ਹੈ ਤਾਂ ਤੁਹਾਡੇ ਹਮੇਸ਼ਾ ਲਈ ਯਾਦ ਹੋਏਗਾ ਜਦੋਂ ਤੁਸੀਂ ਆਪ ਕਰੋਗੇ। ਕਰਕੇ ਸਿੱਖਣਾ ਸਾਈਕੋ ਦੇ ਵਿੱਚ ਹੁੰਦਾ ਨਾ, ਕਰਕੇ ਸਿੱਖਣ ਨਾਲ ਹੀ ਜਿਹੜੀ ਅਸਲੀ ਸਿੱਖਣਾ ਹੁੰਦਾ, ਠੀਕ ਹੈ। ਚਲੋ ਨੈਕਸਟ ਲੈਂਦੇ ਹਾਂ, ਆਜ਼ਾਦ ਭਾਰਤ ਵਿੱਚ ਸੁਪਰੀਮ ਕੋਰਟ ਦਾ ਪਹਿਲਾ ਮੁੱਖ ਨਿਆਂਧੀਸ਼ ਕੌਣ ਹੈ? ਆਜ਼ਾਦ ਭਾਰਤ ਵਿੱਚ ਸੁਪਰੀਮ ਕੋਰਟ ਦਾ ਪਹਿਲਾ ਮੁੱਖ ਨਿਆਂਧੀਸ਼ ਕੌਣ ਸੀ? 1947 ਤੋਂ ਬਾਅਦ ਜਦੋਂ ਭਾਰਤ ਆਜ਼ਾਦ ਹੋ ਗਿਆ ਸੀ ਨਾ, ਉਸ ਟਾਈਮ ਜਿਹੜਾ ਪਹਿਲਾ ਮੁੱਖ ਨਿਆਂਧੀਸ਼ ਬਣਿਆ ਸੀ ਕੌਣ ਬਣਿਆ ਸੀ ਸੁਪਰੀਮ ਕੋਰਟ ਦਾ? ਰਾਈਟ ਆਂਸਰ ਹੋ ਗਿਆ ਐਚ ਜੇ ਕਾਨੀਆ। ਆਂਸਰ ਜਿਹੜਾ ਰਾਈਟ ਹੋ ਜਾਏਗਾ ਬਿਲਕੁਲ। ਨੈਕਸਟ ਲੈਂਦੇ ਹਾਂ, ਪੰਜਾਬ ਅਤੇ ਹਰਿਆਣਾ ਦਾ ਮੁੱਖ ਨਿਆਂਧੀਸ਼ ਕੌਣ ਹੈ? ਪੰਜਾਬ ਅਤੇ ਹਰਿਆਣਾ ਦਾ ਮੁੱਖ ਨਿਆਂਧੀਸ਼ ਕੌਣ ਹੈ? ਔਰ ਇਹ ਵੀ ਕਰੰਟ ਦੇ ਵਿੱਚੋਂ ਹੀ ਪੁੱਛਿਆ ਜਾਏਗਾ, ਠੀਕ ਹੈ। ਔਰ ਕਰੰਟ ਦੇ ਵਿੱਚ ਕੌਣ ਹੈ? ਰਵੀ ਸ਼ੰਕਰ। ਅੱਜ ਦਾ ਜਿਹੜਾ ਕਰੰਟ ਦੇ ਵਿੱਚ ਕੌਣ ਹੈਗੇ ਆ? ਰਵੀ ਸ਼ੰਕਰ, ਜਿਹੜਾ ਪੰਜਾਬ ਅਤੇ ਹਰਿਆਣਾ ਦੇ ਮੁੱਖ ਨਿਆਂਧੀਸ਼ ਹੈਗੇ ਆ, ਇਸ ਨੂੰ ਯਾਦ ਰੱਖਿਓ, ਠੀਕ ਆ ਜੀ। ਕਰੰਟ ਦੇ ਵਿੱਚ ਕੌਣ ਹੈਗੇ ਆ? ਰਵੀ ਸ਼ੰਕਰ। ਚਲੋ ਜੀ, ਠੀਕ ਆ ਜੀ, ਆ ਸਕੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਹੋਣਾ ਤਾਂ ਪਲੀਜ਼ ਆਪਣੇ ਦੋਸਤਾਂ ਤੱਕ, ਜਿਹੜਾ ਮਿੱਤਰਾਂ ਤੱਕ ਬਹੁਤ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰਿਓ ਇਸ ਵੀਡੀਓ ਨੂੰ, ਤਾਂ ਕਿ ਜਿਹੜਾ ਨੈਕਸਟ ਵੀਡੀਓ ਆਪਾਂ ਜਲਦੀ ਲੈ ਕੇ ਹਾਜ਼ਰ ਹੋਵਾਂਗੇ, ਠੀਕ ਆ ਜੀ। ਥੈਂਕ ਯੂ ਸੋ ਮਚ, ਟੇਕ ਕੇਅਰ, ਬਾਏ ਬਾਏ, ਗੁੱਡ ਨਾਈਟ।